ਇੰਡੀਅਨ ਟਾਈਮਜ਼ ਡੇਲੀ .com ਵਿੱਚ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੇ 10 ਮੁੱਖ ਖਬਰਾਂ ਹਨ। ਟਰੂਡੋ ਸਰਕਾਰ ਨੇ ਅੱਜ ਤੱਕ ਦੀ ਪਹਿਲੀ ਕੈਨੇਡੀਅਨ ਨੈਸ਼ਨਲ ਹਾਊਸਿੰਗ ਸਟ੍ਰੈਟੇਜੀ ਲਾਂਚ ਕੀਤੀ ਹੈ, ਜਿਸ ਵਿੱਚ 15.9 ਬਿਲੀਅਨ ਦਾ ਫੰਡ ਰੱਖਿਆ ਗਿਆ ਹੈ ਤਾਂ ਕਿ 10,000 ਨਵੇਂ ਹਾਊਸਿੰਗ ਯੂਨਿਟ ਬਣਾਇਆ ਜਾ ਸਕਣ ਅਤੇ 10,000 ਤੋਂ ਜ਼ਿਆਦਾ ਰਿਪੇਅਰ ਕੀਤੇ ਜਾ ਸਕਣ। 2021 ਤੋਂ 2028 ਤੱਕ ਕੁੱਲ ਮਿਲਾ ਕੇ 3 ਲੱਖ ਤੋਂ ਜ਼ਿਆਦਾ ਘਰ ਦੀ ਸੁਵਿਧਾ ਮਿਲਣ ਵਾਲੀ ਹੈ। ਓਨਟੇਰੀਓ ਨੇ ਲੇਬਰ ਰਿਫੋਰਮ ਲੈਜਿਸਲੇਸ਼ਨ ਨੂੰ ਪਾਰਿਤ ਕਰ ਦਿੱਤਾ ਹੈ, ਜਿਸ ਵਿੱਚ $15 ਪ੍ਰਤੀ ਘੰਟੇ ਦੀ ਨਿਊਨਤਮ ਮਜ਼ਦੂਰੀ ਵੀ ਸ਼ਾਮਲ ਹੈ। ਸਰਕਾਰ ਅਤੇ ਕੁਝ ਇਕਨੋਮਿਸਟ ਨੇ ਤਰਕ ਦਿੱਤਾ ਹੈ ਕਿ ਇਸ ਵਾਧੇ ਤੋਂ ਇਕਨੋਮੀ ਵਿੱਚ ਸਕਾਰਾਤਮਕ ਅਸਰ ਪਵੇਗਾ ਕਿਉਂਕਿ ਨਿਊਨਤਮ ਮਜ਼ਦੂਰੀ ਪਾਉਣ ਵਾਲਿਆਂ ਦੀ ਸਪੈਂਡਿੰਗ ਪਾਵਰ ਵਧੇਗੀ। ਇੰਡਸਟਰੀ ਐਸੋਸੀਏਸ਼ਨ ਦੇ ਇੱਕ ਸਮੂਹ ਨੇ ਜ਼ੋਰ ਦਿੱਤਾ ਹੈ ਕਿ ਫਾਈਨੈਂਸ ਮਿਨਿਸਟਰ ਬਿਲ ਮੌਨਰੋ ਨੂੰ ਵਿਵਾਦਸਪਦ ਟੈਕਸ ਪ੍ਰਸਤਾਵ ਵਿੱਚ ਹੋਰ ਬਦਲਾਅ ਕਰਨਾ ਚਾਹੀਦਾ ਹੈ। ਸਮਾਲ ਬਿਜ਼ਨਸ ਟੈਕਸ ਫੈਰਨੈਸ ਦੇ ਕੋਲੀਸ਼ਨ ਨੂੰ ਬਾਕੀ ਪ੍ਰਸਤਾਵ ਉੱਤੇ ਵੀ ਚਿੰਤਾ ਹੈ, ਜਿਸ ਉੱਤੇ ਅੱਗੇ ਕੰਮ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਮੈਥਡਨ ਪੇਸ਼ੈਂਟਸ ਦੇ ਮੰਥਲੀ ਸੋਸ਼ਲ ਅਸਿਸਟੈਂਟ ਚੈੱਕ ਤੋਂ ਕੱਟੀ ਗਈ ਫੀਸ ਦੇ ਤੌਰ ਉੱਤੇ $5.5 ਮਿਲੀਅਨ ਤੋਂ ਵੱਧ ਦਾ ਭੁਗਤਾਨ ਕਰਨ ਨੂੰ ਰਾਜ਼ੀ ਹੋ ਗਈ ਹੈ। ਇਸ ਸਮਝੌਤੇ ਨੂੰ ਕੋਰਟ ਦੀ ਮਨਜ਼ੂਰੀ ਮਿਲਣੀ ਬਾਕੀ ਹੈ ਅਤੇ 1 ਦਸੰਬਰ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਓਟਵਾ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੇ ਵਾਈਲਡ ਲਾਈਫ ਰਿਲੀਫ ਪ੍ਰੋਗਰਾਮਸ ਵਿੱਚ ਸਹਿਯੋਗ ਦਿੰਦੇ ਹੋਏ $100 ਮਿਲੀਅਨ ਦਾ ਫੰਡ ਦਿੱਤਾ ਹੈ। ਪ੍ਰੈਮੀਅਰ ਜੌਨ ਹਾਰਗਨ ਨੇ ਕਿਹਾ ਹੈ ਕਿ ਇਸ ਤੋਂ ਇੰਟੀਰੀਅਰ ਵਿੱਚ ਰਹਿਣ ਵਾਲੇ ਨਿਵਾਸੀ ਕਾਰੋਬਾਰੀ ਅਤੇ ਸਮੁਦਾਇ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਉਹ ਲੋਕ ਅਜੇ ਵੀ ਪਿਛਲੀ ਗਰਮੀ ਦੇ ਵਾਈਲਡ ਲਾਈਫ ਸੀਜ਼ਨ ਤੋਂ ਉਭਰ ਰਹੇ ਹਨ। ਐਲਬਰਟਾ ਦੀ ਪ੍ਰੈਮੀਅਰ ਰੈਚਲ ਨੋਟਲੀ ਨੂੰ ਚਿੰਤਾ ਹੋ ਰਹੀ ਹੈ ਕਿ ਮੈਰੂਆਨਾ ਦੇ ਵੇਟ ਕੀਤੇ ਜਾਣ ਦੇ ਬਾਅਦ ਪੋਲਿਸਿੰਗ ਅਤੇ ਕੋਰਟ ਬਿਲਸ ਇੰਨੇ ਵੱਧ ਜਾਣਗੇ ਕਿ ਉਹਨਾਂ ਦਾ ਪ੍ਰੋਵਿੰਸ ਇਸ ਨੂੰ ਅਫੋਰਡ ਨਹੀਂ ਕਰ ਸਕੇਗਾ। ਨੋਟਲੀ ਨੇ ਆਗਾਹ ਕੀਤਾ ਹੈ ਕਿ ਇਹ ਸਿਸਟਮ ਪਹਿਲਾਂ ਤੋਂ ਹੀ ਬੋਝ ਤਲੇ ਦਬੀ ਹੈ ਅਤੇ ਫੌਜ ਦੇ ਨਵੇਂ ਨਿਯਮ ਇਸ ਉੱਤੇ ਹੋਰ ਬੋਝ ਵਧਾ ਦੇਵੇਗਾ। ਵਾਈਲਡ ਲਾਈਫ ਦਾ ਸਮਰਥਨ ਕਰਨ ਵਾਲੇ ਸਮੂਹ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਉੱਤੇ ਆਰੋਪ ਲਗਾਇਆ ਹੈ ਕਿ ਉਹਨਾਂ ਨੇ ਕੰਜ਼ਰਵੇਸ਼ਨ ਆਫੀਸਰਸ ਦੁਆਰਾ ਬੀਅਰਸ ਦੇ ਵਿਨਾਸ਼ ਉੱਤੇ ਆਪਣੇ ਹੀ ਬਣਾਏ ਕਾਨੂੰਨ ਦਾ ਨਿਰਵਾਹ ਨਹੀਂ ਕੀਤਾ। ਪੈਟੀਸ਼ਨਰਸ ਨੇ ਮੰਗ ਕੀਤੀ ਹੈ ਕਿ ਪ੍ਰੋਵਿੰਸ ਨੂੰ ਆਦੇਸ਼ ਦਿੱਤਾ ਜਾਵੇ ਕਿ ਉਹ ਆਪਣੇ ਕਾਨੂੰਨ ਦਾ ਉਸੇ ਤਰ੍ਹਾਂ ਨਿਰਵਾਹ ਕਰਨ ਜਿਵੇਂ ਕਿ ਉਸਦੀ ਵਿਆਖਿਆ ਕਰਦੀ ਹੈ। ਐਲਬਰਟਾ ਦੀ ਪ੍ਰੈਮੀਅਰ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਆਗਾਹ ਕੀਤਾ ਹੈ ਕਿ ਉਹ ਆਪਣੇ ਪੱਖਪਾਤੀ ਸੋਚ ਵਿੱਚ ਬਦਲਾਅ ਕਰਨ, ਵਰਨਾ ਇਨਵਾਇਰਮੈਂਟ ਅਤੇ ਕੈਨੇਡਾ ਦਾ ਐਨਰਜੀ ਉਦਯੋਗ ਤਬਾਹ ਹੋ ਜਾਵੇਗਾ। ਰੈਚਲ ਨੋਟਲੀ ਨੇ ਕੰਜ਼ਰਵੇਟਿਵਸ ਨੂੰ ਅਨੁਰੋਧ ਕੀਤਾ ਹੈ ਕਿ ਉਹ ਇਹ ਦਿਖਾਵਾ ਬੰਦ ਕਰ ਦੇਣ ਕਿ ਕਲਾਈਮੇਟ ਚੇਂਜ ਵਿੱਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਇਸ ਦੀ ਵਜ੍ਹਾ ਤੋਂ ਪਾਈਪਲਾਈਨ ਅਪਰੂਵਲਸ ਵਿੱਚ ਰੁਕਾਵਟ ਆਉਂਦੀ ਹੈ। ਓਨਟੇਰੀਓ ਦਾ ਇੱਕ ਈਸਟਰਨ ਸਿਟੀ ਇਸ ਯੋਜਨਾ ਉੱਤੇ ਕੰਮ ਕਰ ਰਿਹਾ ਹੈ ਕਿ ਮਿਊਨਸੀਪਲ ਪ੍ਰੋਗਰਾਮਸ ਅਤੇ ਸਰਵਿਸਿਜ਼ ਉੱਤੇ ਦਿੱਤੇ ਜਾ ਰਹੇ ਡਿਸਕਾਊਂਟਸ ਨੂੰ ਖਤਮ ਕਰ ਦੇਵੇਗੀ ਤਾਂ ਕਿ ਕਿਸੇ ਵੀ ਉਮਰ ਦੇ ਲੋਅ ਇਨਕਮ ਨਿਵਾਸੀ ਨੂੰ ਇਸਦਾ ਫਾਇਦਾ ਮਿਲ ਸਕੇ। ਇਸ ਤੋਂ ਇਹ ਡਿਸਕਾਊਂਟ ਸਿੱਧਾ ਉਹਨਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਨੂੰ ਵਿੱਤੀ ਸਹਾਇਤਾ ਦੀ ਜ਼ਰੂਰਤ ਹੈ, ਚਾਹੇ ਉਹ ਕਿਸੇ ਵੀ ਉਮਰ ਦੇ ਹੋਣ। ਪ੍ਰਾਈਵੇਸੀ ਦਾ ਸਮਰਥਨ ਕਰਨ ਵਾਲਿਆਂ ਨੇ ਉਬਰ ਦੁਆਰਾ 1 ਸਾਲ ਪੁਰਾਣੀ ਸੁਰੱਖਿਆ ਉਲੰਘਣ ਦੀ ਘਟਨਾ ਉੱਤੇ ਉਹਨਾਂ ਦੇ ਰਵੱਈਆ ਉੱਤੇ ਸਵਾਲ ਚੁੱਕਿਆ ਹੈ, ਜਿਸ ਵਿੱਚ ਹੈਕਰਸ ਨੇ ਦੁਨੀਆ ਭਰ ਦੇ ਲੱਖਾਂ ਕਸਟਮਰਸ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਸੀ। ਉਬਰ ਨੇ ਹੁਣ ਤੱਕ ਨਹੀਂ ਦੱਸਿਆ ਹੈ ਕਿ ਕਿੰਨਾ ਕਸਟਮਰਸ ਦੇ ਡੇਟਾ ਚੋਰੀ ਹੋਏ ਹਨ ਅਤੇ ਉਸ ਵਿੱਚੋਂ ਕਿੰਨੇ ਕੈਨੇਡੀਅਨ ਸਨ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਜ਼ ਡੇਲੀ 'ਤੇ ਲੌਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ 'ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਕੈਨੇਡੀਅਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਜ਼ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ।